ਦੋਸਤੋ ਅੱਜ ਮੈਂ ਤੁਹਾਨੂੰ ਸੋਸ਼ਲ ਮੀਡੀਆ ਦੀ ਪਾਵਰ ਦੱਸਣ ਲੱਗਾ ਪਿਛਲੇ ਦਿਨੀ ਮੇਰੇ ਵੱਲੋਂ ਇੱਕ ਮਸਲਾ ਚੁੱਕਿਆ ਗਿਆ ਸੀ ਸ਼੍ਰੋਮਣੀ ਕਮੇਟੀ ਦੀ ਸਰਾਂ ਦੀ ਸਫਾਈ ਦਾ ਐਸਜੀਪੀਸੀ ਵੱਲੋਂ 15 ਤੋਂ 18 ਲੱਖ ਰੁਪਈਆ ਕਰੀਬ 2.2 ਕਰੋੜ ਰੁਪਏ ਹਰ ਸਾਲ ਭੁਗਤਾਨ ਕੀਤਾ ਜਾ ਰਿਹਾ ਔਰ ਇਹ ਕਰੀਬ 2.5 ਸਾਲ ਤੋਂ ਜਾਰੀ ਸੀਗਾ ਮੇਰੇ ਵੱਲੋਂ ਇਹ ਮੰਗ ਕੀਤੀ ਗਈ ਸੀ ਕਿ ਇਹਦਾ ਟੈਂਡਰ ਲਗਾਇਆ ਜਾਵੇ ਕਿਉਂਕਿ ਕਈ ਲੋਕ ਬਹੁਤ ਘੱਟ ਰੇਟ ਤੇ ਕੰਮ ਕਰਨ ਨੂੰ ਤਿਆਰ ਨੇ ਮੇਰੇ ਇਕੱਲੇ ਦੇ ਬੋਲਣ ਨਾਲ ਤੇ ਭਾਵੇਂ ਟੈਂਡਰ ਨਾ ਲਾਉਂਦੇ ਪਰ ਤੁਸੀਂ ਸਾਰਿਆਂ ਨੇ ਇਹਨਾਂ ਨੂੰ ਸੋਸ਼ਲ ਮੀਡੀਆ ਤੇ ਲਾਂਤਾਂ ਹੀ ਇੰਨੀਆਂ ਕਪਾਈਆਂ ਇਹਨਾਂ ਦੀ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਸੁਖਬੀਰ ਬਾਦਲ ਦੇ ਸਾਹਮਣੇ ਇਹ ਮੁੱਦਾ ਜਿਹੜਾ ਬੜੇ ਜੋਰ ਸ਼ੋਰ ਨਾਲ ਚੁੱਕਿਆ ਗਿਆ ਔਰ ਇਹਨਾਂ ਨੂੰ ਉਹ ਟੈਂਡਰ ਲਾਉਣਾ ਪਿਆ ਤੇ ਤੁਹਾਨੂੰ ਹੈਰਾਨੀ ਵੀ ਹੋਊਗੀ ਤੇ ਖੁਸ਼ੀ ਵੀ ਕਿ ਜਿਹੜਾ ਕੰਮ ਕਰੀਬ 2 ਕਰੋੜ ਰੁਪਏ ਦੇ ਕਰੀਬ-ਕਰੀਬ ਸਾਲ ਦੇ ਵਿੱਚ ਕੀਤਾ ਜਾਂਦਾ ਸੀਗਾ ਉਹੀ ਕੰਮ ਇੱਕ ਸਨਸ਼ਾਇਨ ਨਾਂ ਦੀ ਕੰਪਨੀ ਨੇ ਮਹਿਜ 72 ਲੱਖ ਰੁਪਏ ਦੇ ਵਿੱਚ ਉਹ ਕਰਨ ਲਈ ਤਿਆਰ ਹੋ ਗਈ 1 ਅਗਸਤ ਤੋਂ ਉਹਨੇ ਆਪਣਾ ਜਿਹੜਾ ਕੰਮ ਆ ਉਹ ਸੰਭਾਲ ਵੀ ਲਿਆ ਸਾਲਾਨਾ ਮਤਲਬ ਜਿਹੜਾ ਕੰਮ ਆ ਸਿਰਫ 72 ਲੱਖ ਰੁਪਏ ਦੇ ਵਿੱਚ ਕਰੂਗੀ ਇਹਦਾ ਮਤਲਬ ਕਿ ਸਵਾ ਕਰੋੜ ਰੁਪਏ ਦੀ ਸਾਲਾਨਾ ਬਚਤ ਹੁਣ ਸਵਾਲ ਇਹ ਵੀ ਹੈ ਕਿ ਪਿਛਲੇ 2.5 ਸਾਲਾਂ ਦੇ ਵਿੱਚ ਜੋ ਗੁਰੂ ਘਰ ਦਾ ਕਰੀਬ-ਕਰੀਬ 3 ਕਰੋੜ ਰੁਪਏ ਦਾ ਨੁਕਸਾਨ ਹੋਇਆ ਕੀ ਉਹ ਸੁਖਬੀਰ ਬਾਦਲ ਜਮਾ ਕਰਾਊਗਾ ਜਾਂ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਜਮਾ ਕਰਾਊਗਾ ਤੇ ਇਹ ਤੇ ਇੱਕ ਮੁੱਦਾ ਹੈ ਇਹੋ ਜੇ ਸੈਂਕੜੇ ਸਕੈਂਡਲ ਸ਼੍ਰੋਮਣੀ ਕਮੇਟੀ ਜਿਨ੍ਹਾਂ ਦੇ ਵਿੱਚ ਅਰਬਾਂ ਖਰਬਾਂ ਕਰੋੜਾ ਰੁਪਈਆ ਦਾ ਜਿਹੜਾ ਉਹ ਘਪਲਾ ਕਰਦੀ ਆ ਗੁਰੂ ਘਰਾਂ ਨੂੰ ਲੁੱਟਿਆ ਜਾ ਰਿਹਾ ਜਿਸ ਦੀਆਂ ਪਰਤਣਾ ਪਰਤਾਂ ਜੇ ਖੁੱਲਣੀਆਂ ਨੇ ਔਰ ਇਹ ਖੁੱਲਣੀਆਂ ਵੀ ਚਾਹੀਦੀਆਂ ਨੇ ਐਸਜੀਪੀਸੀ ਦੀ ਅਕਾਲੀ ਦਲ ਦੇ ਆਗੂਆਂ ਨੇ ਉਹ ਹਾਲਤ ਕਰ ਦਿੱਤੀ ਹੈ ਕਿ ਰੱਬ ਦੀਆਂ ਬੇਪਰਵਾਹੀਆਂ ਤੇ ਕੁੱਤੇ ਖਾਨ ਮਲਾਈਆਂ ਕਈ ਲੋਕ ਮੈਨੂੰ ਲਿਖਦੇ ਆ ਕਿ ਤੁਸੀਂ ਵਧੀਆ ਬੋਲਦੇ ਹੋ ਪਰ ਬੋਲਣ ਨਾਲ ਕੁਝ ਨਹੀਂ ਹੁੰਦਾ ਪਰ ਅੱਜ ਮੈਂ ਦੱਸਣ ਲੱਗਾ ਕਿ ਬੋਲਣ ਨਾਲ ਬੜਾ ਕੁਝ ਹੁੰਦਾ ਜੇ ਲੋਕ ਸਾਥ ਦੇਣ ਤੇ ਗੱਲ ਸਚਾਈ ਦੀ ਹੋਵੇ ਪਿੱਛੇ ਜੇ ਮੈਂ ਸਰਕਾਰੀ ਸਕੂਲ ਦੇ ਵਿੱਚ ਬੱਚਿਆਂ ਨੂੰ ਜਿਹੜੀਆਂ ਵਰਦੀਆਂ ਵੰਡੀਆਂ ਗਈਆਂ ਸੀ ਉਹਦਾ ਇਸ਼ੂ ਚੁੱਕਿਆ ਸੀ ਉਹਦੇ ਬਾਅਦ ਉਸ ਮੰਤਰੀ ਦਾ ਮਹਿਕਮਾ ਬਦਲਿਆ ਗਿਆ ਅਮਰਸਰ ਚ ਬੈਕਵਰਡ ਕਲਾਸਸ ਦੀ ਇੱਕ ਲਾਟ ਹੋਈ ਜਗ੍ਹਾ ਦੇ ਉੱਤੇ ਹੋਟਲ ਖੁੱਲ੍ਹ ਚੱਲਿਆ ਸੀ ਉਹ ਮੈਂ ਬੋਲ ਕੇ ਰੋਕਿਆ ਲੋਕਾਂ ਨੇ ਸਾਥ ਦਿੱਤਾ ਇਸ ਤਰ੍ਹਾਂ ਦੇ ਕਈ ਮੁੱਦੇ ਹਨ ਜਿੰਨਾ ਚ ਜਦੋਂ ਲੋਕਾਂ ਦਾ ਸਾਥ ਮਿਲਿਆ ਤੇ ਉਹ ਹੱਲ ਵੀ ਹੋਏ ਔਰ ਉਹ ਲੋਕ ਆਪਣੀਆਂ ਹਰਕਤਾਂ ਤੋਂ ਬਾਝ ਵੀ ਆਏ ਪਰ ਮੈਂ ਕਦੀ ਵੀ ਹੋਏ ਕੰਮ ਦਾ ਕ੍ਰੈਡਿਟ ਲੈਣ ਦੀ ਕੋਸ਼ਿਸ਼ ਨਹੀਂ ਕੀਤੀ ਕਿਉਂਕਿ ਮੈਂ ਵੋਟਾਂ ਦੀ ਰਾਜਨੀਤੀ 'ਚ ਵਿਸ਼ਵਾਸ ਨਹੀਂ ਰੱਖਦਾ ਕਰਤਾਰ ਦੀ ਰਾਜਨੀਤੀ 'ਚ ਵਿਸ਼ਵਾਸ ਰੱਖਦਾ ਤੇ ਜਜ਼ਬਾਤਾਂ ਦੀ ਰਾਜਨੀਤੀ ਦੇ ਵਿੱਚ ਵਿਸ਼ਵਾਸ ਰੱਖਦਾ ਮੈਂ ਕਿ ਮੇਰੀ ਕਹੀ ਬਾਤ ਹਰ ਕੋਈ ਸਮਝ ਨਹੀਂ ਪਾਤਾ ਮੈਂ ਅਹਿਸਾਸ ਕਹਤਾ ਹੂੰ ਔਰ ਲੋਕ ਅਲਫਾਜ਼ ਸੁਣਤੇ ਹਨ ਮੈਂ ਇਹ ਵੀ ਮੰਨਦਾ ਕਿ ਮੇਰੇ ਇਕੱਲੇ ਦੇ ਬੋਲਣ ਨਾਲ ਕੁਝ ਨਹੀਂ ਹੋਣਾ ਕਿਉਂਕਿ ਜਿਹੋ ਜੇ ਤੁਸੀਂ ਹੋ ਉਹੋ ਜਿਹਾ ਆਮ ਬੰਦਾ ਮੈਂ ਆ ਮੇਰੇ ਬੋਲਣ ਦਾ ਮਕਸਦ ਇਹ ਵੀ ਹੁੰਦਾ ਕਿ ਮੈਂ ਮਸਲਾ ਜਿਹੜਾ ਉਹ ਤੁਹਾਡੇ ਧਰਾਂਚ ਲੈ ਕੇ ਆਇਆ ਤੁਸੀਂ ਵੀ ਇਸ ਲੜਾਈ ਨੂੰ ਆਪਣੀ ਲੜਾਈ ਸਮਝ ਕੇ ਲੜੋ ਆਪਣਾ ਫਰਜ਼ ਅਦਾ ਕਰੋ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਪੰਜਾਬ ਦੇ ਠੱਗ ਧੋਖੇਬਾਜ਼ ਤੇ ਗਦਾਰਾਂ ਦੇ ਚਿਹਰੇ ਮੈਂ ਤੁਹਾਡੇ ਸਾਹਮਣੇ ਨੰਗੇ ਕਰਦਾ ਰਹੂੰਗਾ ਤੱਥਾਂ ਦੇ ਨਾਲ ਉਸ ਹੱਕ ਸੱਚ ਦੀ ਲੜਾਈ 'ਚ ਤੁਸੀਂ ਮੇਰਾ ਸਾਥ ਦੇਣਾ ਜਾਂ ਤੁਸੀਂ ਉਸ ਹੱਕ ਸੱਚ ਦੀ ਲੜਾਈ ਨੂੰ ਲੜਨਾ ਜਾਂ ਨਾ ਲੜਨਾ ਹੈ ਤੁਹਾਡੇ ਹੱਥ 'ਚ ਹੈ ਜਿੰਨਾ ਚਿਰ ਸਾਹ ਪ੍ਰਾਣ ਹਨ ਮੈਂ ਆਪਣਾ ਫਰਜ਼ ਨਿਭਾਉਂਦਾ ਰਹੂੰਗਾ ਮੈਂ ਇਹ ਵੀ ਨਹੀਂ ਕਹਿੰਦਾ ਕਿ ਮੈਂ ਪੰਜਾਬ ਨੂੰ ਬਚਾਉਣ ਲਈ ਨਿਕਲਿਆ ਨਾ ਇਹ ਮੇਰੇ ਇਕੱਲੇ ਤੋਂ ਬਚਣਾ ਪਰ ਮੈਂ ਇੰਨਾ ਜ਼ਰੂਰ ਕਹਿਣਾ ਕਿ ਪੰਜਾਬ ਲਈ ਲੜਦਾ ਰਹੂੰਗਾ ਚਾਹੇ ਕੋਈ ਕੁਝ ਵੀ ਕਵੇ ਕਿ ਬੁੱਲਿਆ ਆਸ਼ਿਕ ਹੋਇਓ ਰੱਬ ਦਾ ਮੁਲਾਮਤ ਹੋਈ ਲੱਖ ਲੋਕ ਕਾਫਰ ਕਾਫਰ ਆਖਦੇ ਤੂੰ ਆਹੋ ਆਹੋ ਆਖ